ਦਸਮ ਪਿਤਾ ਨੇ ਵੀ ਜਦੋਂ ਬਾਜ ਰੱਖਿਆ ਹੁੰਦਾ ਸੀ, ਉਹਨਾਂ ਨੇ ਆਪਣੇ ਸਿੱਖਾਂ ਨੂੰ ਇਹੀ ਸਿੱਖਿਆ ਦਿੱਤੀ ਸੀ ਕਿ ਜਿਵੇਂ ਬਾਜ ਹਮੇਸ਼ਾ ਸਿਖਰ ਉਡਾਈਆਂ ਤੇ ਸਿਖਰ ਉਚਾਈਆਂ ਦੇ ਉੱਤੇ ਉੱਡਦਾ, ਸਾਨੂੰ ਵੀ ਉਚਾਈਆਂ ਦੇ ਉੱਤੇ ਰਹਿਣਾ ਚਾਹੀਦਾ। ਉਚਾਈ ਵੱਧ ਤੋਂ ਵੱਧ ਆਪਾਂ ਨੂੰ ਵੀ ਉੱਡਣਾ ਚਾਹੀਦਾ, ਪਰ ਉੱਡ ਕੇ ਵੀ ਉਚਾਈਆਂ ਤੇ ਪਹੁੰਚ ਕੇ ਵੀ ਸਾਨੂੰ ਵੀ ਆਪਣੇ ਟਾਰਗੇਟ ਤੇ ਨਿਗਾਹ ਰੱਖਣੀ ਚਾਹੀਦੀ, ਜਿਵੇਂ ਬਾਜ ਆਪਣੇ ਸ਼ਿਕਾਰ ਤੇ ਨਿਗਾਹ ਰੱਖਦਾ, ਸਾਨੂੰ ਵੀ ਆਪਣੇ ਟਾਰਗੇਟ ਤੇ ਉਵੇਂ ਨਿਗਾਹ ਰੱਖਣੀ ਚਾਹੀਦੀ। ਇਹ ਸਾਰਾ ਦਿਨ ਆਪਣੀ ਫੈਮਿਲੀ ਦੇ ਵਿੱਚ ਹੀ ਬੈਠਾ ਰਹਿੰਦਾ ਹੈ, ਆਪਾਂ ਸਾਰੀ ਫੈਮਿਲੀ ਆਪਸ ਵਿੱਚ ਬੈਠੇ ਗੱਲਬਾਤ ਕਰਦੇ ਹਾਂ, ਵਿੱਚ ਹੀ ਬੈਠਾ ਹੁੰਦਾ ਹੈ। ਤੇ ਜਿਵੇਂ ਬਾਜ ਨਿਡਰ ਰਹਿੰਦਾ, ਇਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ, ਸਾਨੂੰ ਵੀ ਉਵੇਂ ਨਿਡਰ ਰਹਿਣਾ ਚਾਹੀਦਾ, ਜਿੱਡੀ ਮਰਜ਼ੀ ਵੱਡੀ ਮੁਸ਼ਕਿਲ ਆ ਜਾਵੇ ਪਰ ਸਾਨੂੰ ਸਾਹਮਣਾ ਕਰਨਾ ਚਾਹੀਦਾ, ਸਾਨੂੰ ਡਰਨਾ ਨਹੀਂ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਤੁਸੀਂ ਮੇਰੇ ਹੱਥ 'ਚ ਬਾਜ ਦੇਖ ਰਹੇ ਹੋ, ਇਹ ਪਿਛਲੇ ਇੱਕ ਸਾਲ ਦੇ ਕੋਲ ਮੇਰੇ ਕੋਲ ਹੈਗਾ, ਅਤੇ ਮੈਨੂੰ ਕਾਫੀ ਸ਼ੌਂਕ ਸੀਗਾ ਬਾਜ ਰੱਖਣ ਦਾ। ਤੋ ਗੁਰੂ ਮਹਾਰਾਜ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਵੀ ਬਾਜ ਹੁੰਦਾ ਸੀਗਾ, ਅਤੇ ਉਹ ਬਾਜ ਆਪਣੇ ਕੋਲ ਇਸ ਤਾਂ ਰੱਖਦੇ ਸੀਗੇ, ਉਹ ਬਾਕੀ ਸਿੱਖਾਂ ਨੂੰ ਵੀ ਦੱਸਦੇ ਸੀ ਵੀ ਬਾਜ ਦੇ ਵਾਂਗੂ ਬਣੋ, ਬਾਜ ਹਮੇਸ਼ਾ ਉੱਚਾ ਉੱਡਦਾ ਅਤੇ ਇੱਕ ਕਿਸੇ ਦਾ ਮਾਰਿਆ ਸ਼ਿਕਾਰ ਨਹੀਂ ਖਾਂਦਾ, ਆਪਣਾ ਤਾਜ਼ਾ ਸ਼ਿਕਾਰ ਕਰਕੇ ਮਾਰ ਕੇ ਆਪ ਖਾਂਦਾ ਅਤੇ ਇੱਕ ਜ਼ਿੰਦਗੀ ਦਾ ਬਹੁਤ ਜ਼ਿਆਦਾ ਸੰਘਰਸ਼ ਕਰਦਾ। ਜਦੋਂ ਇਹਦੀ ਜ਼ਿੰਦਗੀ 45-50 ਸਾਲ ਤੋਂ ਉੱਤੇ ਹੋ ਜਾਂਦੀ ਹੈ, ਇਹਦੀ ਚੁੰਝ ਅਤੇ ਇਹਦੇ ਨੌਂ ਇਹਦੇ ਪੰਖ ਹੱਦ ਤੋਂ ਜ਼ਿਆਦਾ ਵੱਡੇ ਹੋ ਜਾਂਦੇ ਨੇ, ਅਤੇ ਇੱਥੇ ਬਾਜ ਦੇ ਕੋਲ ਦੋ ਆਪਸ਼ਨਾਂ ਹੁੰਦੀਆਂ ਨੇ, ਜਾਂ ਤਾਂ ਸ਼ਿਕਾਰ ਉਹਦੇ ਕੋਲ ਨਹੀਂ ਪਾਉਂਦਾ, ਜਾਂ ਤਾਂ ਭੁੱਖ ਦੇ ਨਾਲ ਮਰ ਜਾਵੇ, ਜਾਂ ਸੰਘਰਸ਼ ਕਰੇ। ਸੰਘਰਸ਼ ਉਹ ਇੱਦਾਂ ਕਰਦਾ ਵੀ ਇਹਨਾਂ ਕੀ ਆਪਣੇ ਜਿਹੜੇ ਪੰਜੇ ਹੁੰਦੇ ਨੇ ਉਹ ਪੱਥਰਾਂ ਦੇ ਉੱਤੇ ਆ ਪਹਾੜੀਆਂ ਦੇ ਉੱਤੇ ਰਗੜ ਰਗੜ ਕੇ ਤੋੜ ਦਿੰਦਾ, ਅਤੇ ਆਪਣੀ ਜਿਹੜੀ ਚੁੰਝ ਹੁੰਦੀ ਆ ਉਹ ਵੀ ਮਾਰ ਮਾਰ ਕੇ ਪੱਥਰਾਂ 'ਤੇ ਤੋੜ ਦਿੰਦਾ, ਅਤੇ ਬਾਅਦ 'ਚੋਂ ਫਿਰ ਉਹ ਕਾਫੀ ਦੇਰ ਵੇਟ ਕਰਦਾ, ਉਹਦੀ ਜੋ ਨਵੀਂ ਆਪਣਾ ਪੰਜੇ ਅਤੇ ਨਵੀਂ ਚੁੰਝ ਆਉਂਦੀ ਆ, ਫਿਰ ਉਹਨਾਂ ਦੇ ਨਾਲ ਆਪਣੇ ਪੰਖ ਵੀ ਉਹ ਤੋੜ ਦਿੰਦਾ, ਫਿਰ ਉਹ ਨਵੇਂ ਪੰਖ ਆਉਂਦੇ, ਇਹਦੇ ਵਿੱਚ ਵਾਧੂ ਖੂਨ ਵਗੈਰਾ ਵੀ ਉਹਦਾ ਵਗਦਾ, ਕਾਫੀ ਉਹਨੂੰ ਪੇਨ ਹੁੰਦਾ, ਅਤੇ ਇੰਨਾ ਸੰਘਰਸ਼ ਕਰਨ ਤੋਂ ਬਾਅਦ ਫਿਰ ਉਹ ਨਵੇਂ ਚੁੰਝ ਨਵੇਂ ਪੰਜੇ ਅਤੇ ਨਵੇਂ ਪੰਖ ਆਉਂਦੇ ਨੇ, ਫਿਰ ਉਹ ਦੁਬਾਰਾ ਆਸਮਾਨ ਦੀ ਉਚਾਈਆਂ ਵਿੱਚ ਉੱਡਦਾ। ਵੇਖੋ ਲਾਲੀਆਂ ਫੌਜਾਂ ਉਹ ਨਿਹੰਗ ਸਿੰਘ ਹੁੰਦੇ ਨੇ, ਉਹਨਾਂ ਨੇ ਬਾਜ ਰੱਖਿਆ ਹੁੰਦਾ, ਉਹਨਾਂ ਨੇ ਵੀ ਇਸ ਕਰਕੇ ਰੱਖਿਆ ਹੁੰਦਾ, ਗੁਰੂ ਪਿਤਾ ਨੇ ਆਪਣੇ ਰੱਖਿਆ ਸੀਗਾ, ਨਗਰ ਕੀਰਤਨਾਂ ਵਿੱਚ ਵੀ ਲੈ ਕੇ ਜਾਂਦੇ ਨੇ। ਜਿਹੜਾ ਮੈਂ ਰੱਖਿਆ ਇਹ ਸ਼ੌਂਕ ਨੂੰ ਰੱਖਿਆ, ਮੈਨੂੰ ਸ਼ੌਂਕ ਸੀ ਬਾਜ ਰੱਖਣ ਦਾ। ਇਹ ਜਦੋਂ ਮੈਂ ਛੋਟਾ ਹੈਗਾ ਸੀ, ਮੇਰੇ ਫਾਦਰ ਸਾਹਿਬ ਸੀ ਜਿਹੜੇ, ਉਹਨਾਂ ਨੂੰ ਵੀ ਕਾਫੀ ਜਾਨਵਰਾਂ ਦਾ ਸ਼ੌਂਕ ਸੀਗਾ, ਛੋਟੇ ਹੁੰਦੇ ਨੇ ਉਹਨਾਂ ਨੂੰ ਕਾਫੀ ਯਾਨੀ ਕਿ ਵਾਧੂ ਜਾਨਵਰ ਵਗੈਰਾ ਘਰੇ ਰੱਖੇ ਹੋਏ ਸੀਗੇ, ਨਿੱਕੇ ਹੁੰਦੇ ਮੈਂ ਜਾਨਵਰਾਂ ਦੇ ਵਿੱਚ ਰਿਹਾ ਵਾਂ, ਇਸ ਕਰਕੇ ਮੈਨੂੰ ਵਾਧੂ ਪਿਆਰ ਜਾਨਵਰਾਂ ਦੇ ਨਾਲ। ਇਹ ਸਾਰਾ ਦਿਨ ਆਪਣੀ ਫੈਮਿਲੀ ਦੇ ਵਿੱਚ ਹੀ ਬੈਠਾ ਰਹਿੰਦਾ, ਆਪਾਂ ਸਾਰੀ ਫੈਮਿਲੀ ਆਪਸ ਵਿੱਚ ਬੈਠੇ ਗੱਲਬਾਤ ਕਰਦੇ, ਇਹ ਵਿੱਚ ਹੀ ਬੈਠਾ ਹੁੰਦਾ, ਅਤੇ ਸਵੇਰੇ ਜਦੋਂ ਮੈਂ ਸਕੂਲ ਜਾਣਾ, ਸਕੂਲ ਜਾਣ ਤੋਂ ਪਹਿਲਾਂ ਸਪੈਸ਼ਲ ਆਪ ਮਾਰ ਕੇ ਖਾਂਦਾ ਸ਼ਿਕਾਰ, ਇਹਦੇ ਉੱਥੇ ਚੂਚੇ ਲਿਆਉਂਦੇ ਹੋਏ ਨੇ, ਸਵੇਰੇ ਸ਼ਾਮ ਇੱਕ ਚੂਚਾ ਇਹਨੂੰ ਦੇਣਾ, ਇਹਨੇ ਆਪੇ ਮਾਰ ਕੇ ਆਪੇ ਖਾਣਾ, ਸਵੇਰੇ ਮੈਂ ਸਕੂਲ ਜਾਣ ਕੇ ਇੱਕ ਚੂਚਾ ਇਹਦੇ ਅੱਗੇ ਰੱਖ ਜਾਣਾ, ਇਹਨੇ ਆਪੇ ਮਾਰ ਕੇ ਆਪੇ ਖਾਣਾ, ਰਾਤੀ 8 ਵਜੇ ਫਿਰ ਇੱਕ ਚੂਚਾ ਇਹਨੂੰ ਦੇਣਾ, ਫਿਰ ਇਹਨੇ ਉਹ ਮਾਰ ਕੇ ਆਪ ਖਾਣਾ, 8 ਵਜੇ ਤੋਂ ਬਾਅਦ ਇਹਨੇ ਸੋ ਜਾਣਾ। ਨਹੀਂ ਜੀ, ਇਹ ਮੈਨੂੰ ਸ਼ੌਂਕ ਹੀ ਸੀਗਾ। ਅੱਗੇ 2 ਵਾਰ ਮੈਂ ਬਾਜ ਰੈਸਕਿਊ ਵੀ ਕੀਤੇ ਸੀਗੇ, ਚਾਈਨਾ ਡੋਰ ਉਹਨਾਂ ਦੀ ਫਿਰ ਜਾਂਦੀ ਸੀ ਅਤੇ ਉਹ ਜ਼ਖਮੀ ਹੁੰਦੇ ਸੀਗੇ, ਇੱਕ ਬਾਜ ਰੈਸਕਿਊ ਕੀਤਾ ਸੀ 2 ਦਿਨ ਉਹਦੀ ਮਰਮ ਪੱਟੀ ਕਰਕੇ, ਪਰ ਉਹ ਬਚ ਨਹੀਂ ਪਾਇਆ, ਉਹ ਮਰ ਗਿਆ ਸੀਗਾ। ਫਿਰ ਦੁਬਾਰਾ ਇੱਕ ਬਾਜ ਰੈਸਕਿਊ ਕੀਤਾ, ਉਹ ਬਚ ਗਿਆ ਸੀ, ਪਰ ਉਹ ਵੱਡਾ ਬਹੁਤ ਸੀ, ਅੱਗੋਂ ਪੈਂਦਾ ਸੀ ਸਾਨੂੰ ਠੀਕ ਹੋ ਕੇ, ਫਿਰ ਉਹਨੂੰ ਉਡਾ ਦਿੱਤਾ, ਫਿਰ ਉਹ ਤੋਂ ਮੈਨੂੰ ਸ਼ੌਂਕ ਪਿਆ ਵੀ ਬਾਜ ਰੱਖਣਾ। ਇਹ ਜੀ ਇੱਕ ਹਿਸਾਬ ਨਾਲ ਆਪਣੇ ਪੂਰਾ ਘਰ ਦਾ ਜੀਗ ਹੈ, ਇਹ ਫੈਮਿਲੀ ਮੈਂਬਰ ਕੋਈ ਵੀ ਹੋਵੇ, ਕਿਸੇ ਨੇ ਇਹਨੂੰ ਇਹਨੇ ਕਿਸੇ ਨੂੰ ਕੁਛ ਵੀ ਨਹੀਂ ਕਹਿਣਾ, ਆਪਾਂ ਫੈਮਿਲੀ 'ਚ ਬੈਠੇ ਵਗੈਰਾ, ਇਹ ਵੀ ਵਿੱਚ ਬੈਠਾ, ਗੱਲਬਾਤ ਆਪਾਂ ਕਰਨੀ ਆ, ਇਹਨੇ ਵੀ ਵਿੱਚ ਚੀਕਾਂ ਵਗੈਰਾ ਮਾਰਨੀਆਂ, ਰੋਲਾ ਰੱਪਾ ਪਾਉਣਾ ਵਾ, ਅਤੇ ਫੈਮਿਲੀ ਦੇ ਵਿੱਚ ਹੀ ਰਹਿੰਦਾ ਸਾਰਾ ਦਿਨ, ਘਰੇ ਖੁੱਲ੍ਹਾ ਰਹਿੰਦਾ ਹੈ ਅੰਦਰ ਹੀ ਆਪਣੇ ਕਮਰੇ ਦੇ। ਦੇਖੋ ਯਾਰ ਦੋਸਤ ਤਾਂ ਵੇਖ ਕੇ ਖੁਸ਼ ਹੁੰਦੇ ਸੀਗੇ ਵੀ ਇਹਨਾਂ ਕੀ ਸਾਡੇ ਯਾਰ ਜਾਂ ਯਾਰ ਉਹਨੇ ਬਾਜ ਰੱਖਿਆ, ਰਿਸ਼ਤੇਦਾਰ ਵੀ ਵੇਖ ਕੇ ਕਾਫੀ ਖੁਸ਼ ਹੁੰਦੇ ਆ, ਅਤੇ ਹੁਣ ਵੀ ਇਹਨੂੰ ਜਦੋਂ ਕਿਤੇ ਬੂਟ ਦੇ ਅੱਗੇ ਭਾਗ ਲਿਆ ਕੇ ਜਾਈਦਾ, ਲੋਕ ਸਪੈਸ਼ਲ ਖਿਲਾਰ ਕੇ ਕਹਿੰਦੇ ਭਾਅ ਜੀ ਫੋਟੋ ਖਿਚਾਉਣੀ ਹੈ। ਹਾਂਜੀ, ਜ਼ਰੂਰੀ ਨਹੀਂ ਵੀ ਇਹਨਾਂ ਕੀ ਬਾਜ ਹੀ ਰੱਖਣਾ, ਤੁਸੀਂ ਕੋਈ ਵੀ ਘਰੇ ਜਾਨਵਰ ਰੱਖ ਸਕਦੇ ਹੋ, ਜੇ ਕਿਸੇ ਨੂੰ ਸ਼ੌਂਕ ਹੈ ਜਾਨਵਰ ਰੱਖਣ ਦਾ ਜ਼ਰੂਰ ਰੱਖੋ। ਅੱਜ ਕੱਲ੍ਹ ਕੀ ਹੁੰਦਾ, ਲੋਕ ਜਾਂਦੇ ਨੇ ਕਿਤੇ ਰਾਹ ਵਿੱਚ ਕੋਈ ਕੁੱਤਾ ਵਗੈਰਾ ਜਾਂ ਕੋਈ ਪੰਛੀ ਡਿੱਗਿਆ ਹੁੰਦਾ, ਸੱਟ ਲੱਗੀ ਹੁੰਦੀ, ਉਹ ਨਜ਼ਰ ਅੰਦਾਜ਼ ਕਰਕੇ ਅੱਗੇ ਲੰਘ ਜਾਂਦੇ ਨੇ, ਸੋ ਉਹ ਗਲਤ ਗੱਲ ਆ, ਉਹਨਾਂ ਨੂੰ ਰੁਕ ਕੇ
ਸਪੈਸ਼ਲ ਉਹਨੂੰ ਵੇਖਣਾ ਚਾਹੀਦਾ, ਉਹਨੂੰ ਕੀ ਹੋਇਆ ਕੀ ਨਹੀਂ ਹੋਇਆ, ਉਹਦਾ ਟ੍ਰੀਟਮੈਂਟ ਵਗੈਰਾ ਕਰਾਉਣਾ ਚਾਹੀਦਾ।